ਮਾਨ ਸਰ ਪਿੰਡ ਦਾ ਜਿਹੜਾ ਮਸਲਾ ਸੀ ਸ਼ਾਮਲਾ ਜ਼ਮੀਨ ਦਾ ਤੇ ਮਸਲਾ ਪਿੰਡ ਨਿਵਾਸੀਆਂ ਨੇ ਕਹਿੰਦਾ ਨੇ ਸੰਯੁਕਤ ਮੋਰਚਾ ਦਿੱਲੀ ਤੱਕ ਪਹੁੰਚਾ ਦਿੱਤਾ ਤੇ ਉਹ ਕੱਲ ਧਰਨਾ ਲਗਾਉਣ ਦੀ ਕੋਸ਼ਿਸ਼ ਕਰਨ ਦੇ ਵਾਸਤੇ ਉਹਨਾਂ ਨੇ ਗੱਲ ਕਹੀ ਕੱਲ ਅਸੀਂ ਧਰਨਾ ਲਾਵਾਂਗੇ ਬੀਡੀਪੀ ਦਫ਼ਤਰ ਬੋਲੀ ਨਹੀਂ ਇਹ ਜਿਹੜਾ ਸਾਡੇ ਪਿੰਡ ਦਾ ਵਿਕਾਸ ਦਾ ਮੁੱਦਾ ਇਹ ਕਿਸਾਨੀ ਮੁੱਦਾ ਨਹੀਂ ਹੈ ਸਰਪੰਚ ਸਾਹਿਬ ਕਿਵੇਂ ਦਿੱਖਤੋ ਇੱਕ ਪਾਸੇ ਦੱਸਿਆ ਜਾ ਰਿਹਾ ਕਿ ਪੂਰਾ ਪਿੰਡ ਵਿਰੋਧ ਕਰ ਰਿਹਾ ਪਰ ਇੰਨੀ ਕੀ ਲੋੜ ਪੈਗੀ ਕਿ ਜਿਹੜਾ ਪਿੰਡ ਤੇ ਵਿਰੋਧ ਕਰ ਰਿਹਾ ਫਿਰ ਬੋਲੀ ਕਰਾਉਣ ਦੀ ਲੋੜ ਪੈ ਗਈ ਦੇ ਨਾਲ ਪਿੰਡ ਦੇ ਲੋਕ ਕਿੰਨੇ ਕਿੰਨੇ ਕਿਉਂਕਿ ਇੱਕ ਪਾਸੇ ਉਹ ਕਹਿੰਦੇ ਨੇ ਕਿ ਸਾਰਾ ਪਿੰਡ ਇੱਕ ਪਾਸੇ ਆ ਪਰ ਸਚਾਈ ਕੀ ਹੈ ਤੁਹਾਡੇ ਨਾਲ ਪਿੰਡ ਨਿਵਾਸੀ ਕਿੰਨੇ ਕੁ ਲੋਕ ਤੁਹਾਡੇ ਨਾਲ ਖੜੇ ਨੇ ਸਾਡੇ ਨਾਲ 70 80% ਲੋਕ ਨੇ ਤੇ ਉਹਨਾਂ ਨਾਲ 20 25% ਉਹ ਵੀ ਜਿਹੜੇ ਗੁੰਮਰਾਹ ਕਰੇ ਹੋਏ ਰਸਤੇ ਤੋਂ ਭਟਕਾਏ ਹੋਏ ਲੋਕਾਂ ਨੂੰ ਡਰਾ ਕੇ ਤੇ ਗਲਤ ਬੋਲ ਕੇ ਝੂਠ ਸੱਚ ਬੋਲ ਕੇ ਉਹ ਨਾਲ ਲਾਈ ਬੈਠੇ ਨੇ ਟਾਈਮ ਨੂੰ ਕਿਵੇਂ ਦੇਖਦੇ ਹੋ ਕੱਲ ਜੇ ਧਰਨਾ ਲੱਗਦਾ ਤਾਂ ਲੱਗਦਾ ਕਿ ਬੋਲੀ ਹੋਏਗੀ ਜਾਂ ਫਿਰ ਜਿਸ ਤਰੀਕੇ ਨਾਲ ਪਹਿਲੇ ਦਿਨਾਂ ਵਿੱਚ ਪੋਸਟਪੋਨ ਹੋਈ ਹੈ ਉਸ ਤਰੀਕੇ ਨਾਲ ਲੱਗਦਾ ਪੋਸਟਪੋਨ ਹੋ ਸਕਦਾ ਸਾਡੇ ਉੱਚ ਅਧਿਕਾਰੀਆਂ ਕੋਲ ਸਾਰੀ ਗੱਲ ਪਹੁੰਚ ਗਈ ਹੈ ਹੁਣ ਪ੍ਰਸ਼ਾਸਨ ਦੀ ਮਰਜ਼ੀ ਹੈ ਵੀ ਉਹਨੂੰ ਬੋਲੀ ਕਰਾਉਣਾ ਜਾਂ ਉਹਨੂੰ ਪੋਸਟ ਬੰਡ ਕਰਨਾ ਤੁਹਾਡੇ ਚੰਦਪੁਰ ਦੇ ਮਾਮਲੇ ਦੇ ਵਿੱਚ ਕਈ ਸਿਆਸੀ ਨੇਤਾ ਦਾ ਵੀ ਜਿਹੜਾ ਨਾਂ ਲਿਆ ਜਾ ਰਿਹਾ ਹੈ ਵਿੱਚ ਨਾਮ ਸਿੱਧਾ ਨਹੀਂ ਲਿਆ ਜਾ ਰਿਹਾ ਪਰ ਉਹ ਕਹਿੰਦੇ ਸਿਆਸੀ ਨੇਤਾ ਨਾਲ ਮਿਲੇ ਹੋਏ ਨੇ ਇਹ ਵੀ ਖੁਲਾਸੇ ਕਰ ਦਿਓ ਲੋਕਾਂ ਨੂੰ ਪਤਾ ਲੱਗੇ ਕਿ ਸਿਆਸੀ ਨੇਤਾ ਕਿਹੜਾ ਕਿਹੜਾ ਨਾਲ ਤੁਹਾਡੇ ਸਸਰੀ ਕਾਲ ਜੀ ਤੁਸੀਂ ਦੇਖ ਰਹੇ ਹੋ ਐਚ ਐਨ 1 ਨਿਊ ਚੈਨਲ ਕੁਝ ਦਿਨਾਂ ਤੋਂ ਕਰਾਲੀ ਦੇ ਨਜ਼ਦੀਕ ਪਿੰਡ ਚੰਦਪੁਰ rau ਦੀ ਸਾਮਲਾ ਜ਼ਮੀਨ ਦਾ ਮਾਮਲਾ ਪਖਿਆ ਹੋਇਆ ਜਿਸ ਨੂੰ ਲੈ ਕੇ ਪਿੰਡ ਨਿਵਾਸੀਆਂ ਵੱਲੋਂ ਪਿਛਲੇ ਦਿਨੀ ਬੀ ਡੀ ਪੀਓ ਦਫ਼ਤਰ ਦਾ ਘਰਾਓ ਕੀਤਾ ਗਿਆ ਦੱਸ ਦਿੰਦੇ ਹਾਂ ਕਿ ਪਿਛਲੇ ਦਿਨੀ ਇੱਕ ਇਸ਼ਤਿਹਾਰ ਪਿੰਡ ਦੀ ਪੰਚਾਇਤ ਵੱਲੋਂ ਲਗਾ ਗਿਆ ਸੀ ਕਿ ਪਿੰਡ ਦੀ ਕੁਝ ਏਕੜ ਜ਼ਮੀਨ ਜਿਹੜੀ ਲੀਸ ਤੇ ਦੇਣੀ ਹੈ ਇਸ ਨੂੰ ਲੈ ਕੇ ਕੰਪਨੀਆਂ ਵੱਲੋਂ ਪਹਿਲ ਕੀਤੀ ਗਈ ਸੀ ਬੋਲੀ ਦੇਣ ਵਾਸਤੇ ਤੇ ਬੀਡੀਪੀਓ ਦਫਤਰ ਬੋਲੀ ਦੀ ਡੇਟ ਰੱਖੀ ਗਈ ਸੀ ਉਸੇ ਦਿਨ ਪਿੰਡ ਨਿਵਾਸੀਆਂ ਵੱਲੋਂ ਉੱਥੇ ਜਾ ਕੇ ਵਿਰੋਧ ਕੀਤਾ ਨਾਰੇਬਾਜ਼ੀ ਕੀਤੀ ਜਿਸ ਨੂੰ ਲੈ ਕੇ ਮੌਕੇ ਦੀ ਥਿਤੀ ਸੰਭਾਲਦੇ ਹੋਏ ਕਿ ਲਾਅ ਐਂਡ ਆਰਡਰ ਦੀ ਸਥਿਤੀ ਖਰਾਬ ਨਾ ਹੋਏ ਪੁਲਿਸ ਵੱਲੋਂ ਤੇ ਨਾਲ ਜਿਹੜੇ ਸੀਨੀਅਰ ਅਧਿਕਾਰੀ ਨੇ ਵੱਲੋਂ ਫੈਸਲਾ ਲਿਆ ਕਿ ਪੋਸਟਪੋਨ ਜਿਹੜੇ ਕਰ ਦਿੰਨੇ ਆ ਬੋਲੀ ਤੇ ਪੋਸਟਪੋਨ ਹੋ ਗਈ ਸੀ ਉਸ ਤੋਂ ਬਾਅਦ ਬੋਲੀ ਦੀ ਡੇਟ ਦੁਬਾਰੇ 7 ਤਰੀਕ ਰੱਖੀ ਗਈ ਹੈ ਜਿਸ ਦੇ ਵਿੱਚ ਕੀ ਮੁਰ ਤੋਂ ਜਿਹੜੇ ਪਿੰਡ ਨਿਵਾਸੀਆਂ ਵੱਲੋਂ ਇੱਕ ਮਤਾ ਪਾਸ ਕੀਤਾ ਗਿਆ ਕਿ ਸਾਂਝ ਜਥੇਬੰਦੀਆਂ ਤੱਕ ਪਹੁੰਚ ਕੀਤੀ ਗਈ ਹੈ ਕਿ ਅਸੀਂ ਮੁਰ ਤੋਂ ਜਿਹੜਾ ਬੀਡੀਪੀਓ ਦਫ਼ਤਰ ਦਾ ਘਰੋ ਕਰਨਾ ਤੇ ਨਾਲ ਦੀ ਨਾਲੇ ਬੋਲੀ ਜੜੀ ਰੱਦ ਕਰਵਾਣੀ ਹੈ ਤੇ ਇਸ ਨੂੰ ਪੂਰੇ ਮਾਮਲੇ ਨੂੰ ਲੈ ਕੇ ਪਿੰਡ ਦੇ ਸਰਪੰਚ ਸਾਹਿਬ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਕਿ ਕੱਲ ਬੋਲੀ ਹੋਏਗੀ ਜਾਂ ਨਹੀਂ ਜਾਂ ਪਿੰਡ ਨਿਵਾਸੀਆਂ ਦੇ ਵਿਰੋਧ ਨੂੰ ਕਿਵੇਂ ਦੇਖਦੇ ਨੇ ਜਿਹੜਾ ਜਿਹੜਾ ਪਿੰਡ ਦਾ ਪੂਰਾ ਮਸਲਾ ਹੈ ਹੁਣ ਸੰਯੁਕਤ ਮੋਰਚਾ ਦਿੱਲੀ ਤੱਕ ਪਹੁੰਚ ਗਿਆ ਤੇ ਸਰਪੰਚ ਸਾਹਿਬ ਪਿੰਡ ਦਾ ਜਿਹੜਾ ਮਸਲਾ ਸੀ ਸਾੰਮਲਾ ਜ਼ਮੀਨ ਦਾ ਤੇ ਮਸਲਾ ਪਿੰਡ ਨਿਵਾਸੀਆਂ ਨੇ ਕਈਆਂ ਨੇ ਸੰਯੁਕਤ ਮੋਰਚਾ ਦਿੱਲੀ ਤੱਕ ਪਹੁੰਚਾ ਦਿੱਤਾ ਵੱਡੇ ਵੱਡੇ ਜਿਹੜੇ ਆਗੂ ਨੇ ਅਗਰਾਜੀਵਾਲ ਹੈ ਜਾਂ ਫਿਰ ਅੱਜ ਸਿਰਸਾ ਸਾਹਿਬ ਆਏ ਨੇ ਤਾਂ ਉਹਨਾਂ ਨੇ ਪਹੁੰਚ ਕੀਤੀ ਹੈ ਤਾਂ ਕਿਵੇਂ ਦੇਖਦੇ ਹੋ ਕੱਲ ਧਰਨਾ ਲਗਾਉਣ ਦੀ ਕੋਸ਼ਿਸ਼ ਕਰਨ ਦੇ ਵਾਸਤੇ ਉਹਨਾਂ ਨੇ ਗੱਲ ਕਹੀਏ ਕੱਲ ਅਸੀਂ ਧਰਨਾ ਲਾਵਾਂਗੇ ਬੀਡੀਪ ਦਫਤਰ ਬੋਦੀ ਨਹੀਂ ਹੁੰਦਗੇ ਇਹ ਜਿਹੜਾ ਸਾਡੇ ਪਿੰਡ ਦਾ ਵਿਕਾਸ ਦਾ ਮੁੱਦਾ ਇਹ ਕਿਸਾਨੀ ਮੁੱਦਾ ਨਹੀਂ ਹੈ ਇਹ ਜ਼ਮੀਨ ਸਾਡੀ ਉਬੜ ਖਾੜ ਤੇ ਉੱਚੀ ਨਹੀਂ ਵੀ ਹੈ ਤੇ ਅਸੀਂ ਹਰ ਸਾਲ ਇਹਨੂੰ ਬੋਲੀ ਤੇ ਦੰਨੇ ਆ ਜੋ ਵਿਅਕਤੀ ਇਹਨੂੰ ਬੋਲੀ ਤੇ ਲੈ ਲੈਂਦਾ ਉਹ ਅਗਲੇ ਸਾਲ ਦੁਬਾਰਾ ਨਹੀਂ ਲੈਂਦਾ ਇਹ ਘਾਟੇ ਵਾਲੀ ਜ਼ਮੀਨ ਹੈ ਉੱਚੀ ਨਹੀਂ ਵੀ ਜ਼ਮੀਨ ਹੈ ਇਹਦੇ ਚ ਇਹ ਉਪਜਾਊ ਨਹੀਂ ਹੈ ਜ਼ਿਆਦਾ ਰੇਤਲੀ ਰੇਤਲੀ ਵੀ ਹੈ ਨਦੀ ਦੇ ਕੰਢੇ ਹੋਣ ਕਰਕੇ ਇਹਦੇ ਚੋਂ ਮਤਲਬ ਠੇਕਾ ਸਾਨੂੰ ਬਹੁਤ ਘਾਟਾਂ ਦਾ 7-8 7 ਜਾਂ 8000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਸਾਨੂੰ ਠੇਕਾ ਆਂਦਾ ਤੇ ਉਹ ਅਸੀਂ ਸਾਰਾ ਕੁਝ ਸੋਚਦੇ ਹੋਏ ਸਾਨੂੰ ਇੱਕ ਐਪਲੀਕੇਸ਼ਨ ਆਈ ਸੀ ਫਿਲਮ ਸਿਟੀ ਵੱਲੋਂ ਵੀ ਅਸੀਂ ਤੁਹਾਡੀ ਜ਼ਮੀਨ ਲੀਜ਼ ਤੇ ਲੈਣੀ ਹੈ ਤੇ ਉਹ ਅਸੀਂ ਮਤਾ ਪਾਸ ਕਰਕੇ ਡੀਸੀ ਸਾਹਿਬ ਨੂੰ ਭੇਜਿਆ ਡੀਸੀ ਸਾਹਿਬ ਨੇ ਉਸ ਜ਼ਮੀਨ ਦਾ ਠੇਕਾ ਜਿਹੜਾ ਉਹ 60000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਤੈਅ ਕੀਤਾ ਤੇ ਉਹਨਾਂ ਨੇ ਸਾਨੂੰ ਲਿਖਤੀ ਐਗਰੀਮੈਂਟ ਵੀ ਦਿੱਤਾ ਕਿ ਅਸੀਂ 50 ਨੌਕਰੀਆਂ ਤੋੜੇ ਪਿੰਡ ਦੇ ਬੇਰੁਜ਼ਗਾਰ ਪਰਿਵਾਰਾਂ ਨੂੰ ਦਵਾਂਗੇ ਅਸੀਂ ਸਾਰਾ ਕੁਝ ਸੋਚਦੇ ਹੋਏ ਮਤਾ ਪਾਸ ਕਰਕੇ ਡੀਸੀ ਸਾਹਿਬ ਨੂੰ ਭੇਜਿਆ ਇਸ ਕਰਕੇ ਅਸੀਂ ਇਸ ਦੀ ਬੋਲੀ ਦੇ ਮਤਲਬ ਜ਼ਮੀਨ ਤੇ ਲੀਜ਼ ਤੇ ਦੇ ਰਹੇ ਹਾਂ 33 ਸਾਲ ਵਾਸਤੇ ਇਸ ਸਾਰੇ ਪਿੰਡ ਦੇ ਭਲੇ ਵਾਸਤੇ ਭਲੇ ਭਲਾਈ ਵਾਸਤੇ ਅਸੀਂ ਕੰਮ ਕਰ ਰਹੇ ਹਾਂ ਇਹ ਕਿਸਾਨੀ ਮੁੱਦੇ ਦੇ ਨਾਲ ਇਹਦਾ ਕੋਈ ਲੈਣਾ ਦੇਣਾ ਨਹੀਂ ਹੈ ਸਰਪੰਚ ਸਾਹਿਬ ਕਿਵੇਂ ਦਿੱਖਦੇ ਇੱਕ ਪਾਸੇ ਦੱਸਿਆ ਜਾ ਰਿਹਾ ਕਿ ਪੂਰਾ ਪਿੰਡ ਵਿਰੋਧ ਕਰ ਰਿਹਾ ਪਰ ਇੰਨੀ ਕੀ ਲੋਡ ਪੈ ਗਈ ਕਿ ਜਿਹੜਾ ਪਿੰਡ ਵਿਰੋਧ ਕਰ ਰਿਹਾ ਫਿਰ ਬੋਲੀ ਕਰਾਉਣ ਦੀ ਲੋਡ ਪੈ ਰਹੀ ਹੈ ਸਾਰੇ ਜਿਹੜੇ ਪਿੰਡ ਦੇ ਕੁਝ ਸਿਆਸੀ ਲੋਕ ਆ ਮਤਲਬ ਸਿਆਸਤ ਕਰ ਰਹੇ ਆ ਪੰਚਾਇਤ ਦੇ ਨਾਲ ਵੀ ਇਹ ਬੋਲੀ ਸਰੇ ਨਾ ਚੜੇ ਨਾ ਪਿੰਡ ਦਾ ਕੋਈ ਵਿਕਾਸ ਹੋਵੇ ਜਿਹੜੀ ਵਿਰੋਧੀ ਧਿਰ ਆਉਣੀ ਆ ਇਸ ਕਰਕੇ ਉਹ ਲੋਕਾਂ ਨੂੰ ਡਰਾ ਧਮਕਾ ਰਹੇ ਨੇ ਜੀ ਤੁਹਾਡੇ ਘਰਟਵਾ ਦੇਣਗੇ ਤੁਹਾਡਾ ਨੁਕਸਾਨ ਕਰ ਦੂਗੀ ਪੰਚਾਇਤ ਇਸ ਤਰ੍ਹਾਂ ਡਰਾ ਡਰੂ ਕੇ ਲੋਕਾਂ ਨੂੰ ਨਾਲ ਲਾ ਕੇ ਮਤਲਬ ਡਰਾਇਆ ਜਾ ਰਿਹਾ ਤੁਹਾਡੇ ਨਾਲ ਪਿੰਡ ਦੇ ਲੋਕ ਕਿੰਨੇ-ਕਿੰਨੇ ਕਿਉਂਕਿ ਇੱਕ ਪਾਸੇ ਉਹ ਕਹਿੰਦੇ ਨੇ ਕਿ ਸਾਰਾ ਪਿੰਡ ਇੱਕ ਪਾਸੇ ਆ ਪਰ ਸਚਾਈ ਕੀ ਹੈ ਤੁਹਾਡੇ ਨਾਲ ਪਿੰਡ ਨਿਵਾਸੀ ਕਿੰਨੇ ਕੁ ਲੋਕ ਤੁਹਾਡੇ ਨਾਲ ਖੜੇ ਨੇ ਸਾਡੇ ਨਾਲ 70-80% ਲੋਕ ਨੇ ਤੇ ਉਹਨਾਂ ਨਾਲ 20-25% ਉਹ ਵੀ ਜਿਹੜੇ ਗੁੰਮਰਾਹ ਕਰੇ ਹੋਏ ਰਸਤੇ ਤੋਂ ਭਟਕਾਏ ਹੋਏ ਲੋਕਾਂ ਨੂੰ ਡਰਾ ਕੇ ਤੇ ਗਲਤ ਬੋਲ ਕੇ ਝੂਠ ਸੱਚ ਬੋਲ ਕੇ ਉਹ ਨਾਲ ਲਾਈ ਬੈਠਿਆ ਉਹਨਾਂ ਨੂੰ ਤੇ ਉਹ ਉਸ ਕੱਲ ਦੇ ਟਾਈਮ ਨੂੰ ਕਿਵੇਂ ਦੇਖਦੇ ਹੋ ਕੱਲ ਜੀ ਧਾਰਨਾ ਲੱਗਦਾ ਹੈ ਤਾਂ ਲੱਗਦਾ ਕਿ ਬੋਲੀ ਹੋਏਗੀ ਜਾਂ ਫਿਰ ਜਿਸ ਤਰੀਕੇ ਨਾਲ ਪਹਿਲੇ ਦਿਨਾਂ ਵਿੱਚ ਪੋਸਟਪੋਨ ਹੋਈ ਹੈ ਕਿ ਉਸ ਤਰੀਕੇ ਨਾਲ ਲੱਗਦਾ ਹੀ ਪੋਸਟਪੋਨ ਹੋ ਸਕਦੀ ਹੈ ਇਹ ਸਾਡੇ ਉੱਚ ਅਧਿਕਾਰੀਆਂ ਕੋਲ ਸਾਰੀ ਗੱਲ ਪਹੁੰਚ ਗਈ ਹੈ ਹੁਣ ਪ੍ਰਸ਼ਾਸਨ ਦੀ ਮਰਜ਼ੀ ਹੈ ਵੀ ਉਹਨੂੰ ਬੋਲੀ ਕਰਾਉਣਾ ਜਾਂ ਉਹਨੂੰ ਪੋਸਟਪੋਨ ਕਰਨਾ ਉਹ ਮੌਕੇ ਦੇ ਦੇਖ ਕੇ ਜੋ ਜਿਸ ਤਰ੍ਹਾਂ ਦਾ ਉਹਨਾਂ ਦਾ ਹੁਕਮ ਹੋਊਗਾ ਉਸ ਤਰ੍ਹਾਂ ਕਰਤਾ ਜਾਊਗਾ। ਅਚਰਪਾਪਾ ਸਰ ਜੀ ਮੈਂ ਦੇਖਦੇ ਆ ਕਿ ਪਿਛਲੇ ਦਿਨਾਂ ਵਿੱਚ ਹੀ ਬਲੌਂਗੀ ਦੀ ਗੱਲ ਕਰੀਏ ਤਾਂ ਇੱਕ ਗਊਸ਼ਾਲਾ ਜਿਹੜੀ ਬਲਬੀਰ ਸਿੰਘ ਸਿੱਧੂ ਵੱਲੋਂ ਬਣਾਈ ਗਈ ਉਸ ਤੋਂ ਲੈ ਕੇ ਹੀ ਬੜਾ ਵਿਰੋਧ ਹੋਇਆ। ਤੇ ਜਿਹੜੇ ਦਾਉਂ ਪਿੰਡ ਦੀ ਜਿਹੜੀ ਜ਼ਮੀਨ ਨੂੰ ਲੈ ਕੇ ਵਿਰੋਧ ਹੋਇਆ ਜਿਹਦੇ ਸਤਨਾਮ ਸਿੰਘ ਦਾਉਂ ਸਮਾਜ ਸੇਵੀ ਕਹਿੰਦੇ ਨੇ ਕਿ ਅਸੀਂ ਲਗਾਤਾਰ ਵਿਰੋਧ ਕਰ ਰਹੇ ਹਾਂ ਸਰਕਾਰਾਂ ਨੂੰ। ਤੁਹਾਡੇ ਪਿੰਡ ਦੇ ਵਿੱਚ ਵੀ ਆਣ ਕੇ ਸਤਨਾਮ ਸਿੰਘ ਦਾਉਂ ਆਗੇ ਨੇ। ਉਹ ਕਹਿੰਦੇ ਕਿ ਅਸੀਂ ਪਿੰਡ ਦੀ ਜ਼ਮੀਨ ਨੂੰ ਬੋਲੀ ਨਹੀਂ ਹੋਣ ਦਵਾਂਗੇ। ਤੁਹਾਨੂੰ ਕਿੰਨਾ ਕੁ ਲੱਗਦਾ ਕਿ 33 ਸਾਲ ਬਾਅਦ ਜਿਸ ਤਰੀਕੇ ਨਾਲ ਉਹਨਾਂ ਵੱਲੋਂ ਕਿਹਾ ਜਾਂਦਾ ਕਿ 33 ਸਾਲ ਕਿਹਨੇ ਦੇਖੇ ਨੇ ਕਿ ਕੁਝ ਵੀ ਹੋ ਸਕਦਾ 33 ਸਾਲ ਦੇ ਵਿੱਚ ਕਿ ਇੰਨੀ ਲੋੜ ਕੀ ਪੈ ਗਈ ਐ 33 ਸਾਲਾਂ ਲਈ ਲੀਜ਼ ਤੇ ਦੇਣ ਵਾਸਤੇ 33 ਸਾਲ ਲੀਜ਼ ਤੇ ਦੇਣ ਲਈ ਇਹ ਇੱਕ ਮਤਲਬ ਸਕੀਮ ਐ ਸਰਕਾਰ ਦੀ ਵੀ ਅਸੀਂ ਲੰਬੀ ਲੀਜ਼ ਦੇ ਸਕਦੇ ਆਂ ਸਾਡੀਆਂ ਉਹਦੇ ਵਿੱਚ ਸ਼ਰਤਾਂ ਰੱਖੀਆਂ ਹੋਈਆਂ ਜੇ ਉਹ ਨੌਕਰੀ ਨਹੀਂ ਸਾਡੇ ਬੇਰੁਜ਼ਗਾਰ ਪਰਿਵਾਰਾਂ ਦਾ ਨੇ ਤਾਂ ਉਹਨਾਂ ਦੀ ਬੋਲੀ ਕੈਨਸਲ ਸਮਝੀ ਜਾਊਗੀ ਇਸ ਕਰਕੇ ਅਸੀਂ ਸਾਰਾ ਕੁਝ ਸੋਚ ਸਮਝ ਕੇ ਇਹ ਉਹਨਾਂ ਨੂੰ ਸਾਰਾ ਕੁਝ ਕੀਤਾ ਤੁਹਾਡੇ ਚੰਦਪੁਰ ਦੇ ਮਾਮਲੇ ਦੇ ਵਿੱਚ ਕਈ ਸਿਆਸੀ ਨੇਤਾ ਦਾ ਵੀ ਜਿਹੜਾ ਨਾਂ ਲਿਆ ਜਾ ਰਿਹਾ ਵਿੱਚ ਨਾਮ ਸਿੱਧਾ ਨਹੀਂ ਲਿਆ ਜਾ ਰਿਹਾ ਪਰ ਉਹ ਕਹਿੰਦੇ ਸਿਆਸੀ ਨੇਤਾ ਨਾਲ ਮਿਲੇ ਹੋਏ ਨੇ ਇਹ ਵੀ ਖੁਲਾਸੇ ਕਰ ਦਿਓ ਲੋਕਾਂ ਨੂੰ ਪਤਾ ਲੱਗੇ ਕਿ ਸਿਆਸੀ ਨੇਤਾ ਕਿਹੜਾ ਕਿਹੜਾ ਨਾਲ ਤੁਹਾਡੇ ਇਸ ਦੇ ਇਸ ਮਸਲੇ 'ਚ ਕਿਸੇ ਸਿਆਸੀ ਨੇਤਾ ਦਾ ਮਤਲਬ ਕੋਈ ਲੈਣਾ ਦੇਣਾ ਨਹੀਂ ਕਿਸੇ ਦਾ ਸਾਨੂੰ ਕੋਈ ਪ੍ਰੈਸ਼ਰ ਨਹੀਂ ਹੈ ਇਹ ਅਸੀਂ ਪੰਚਾਇਤ ਮੈਂਬਰਾਂ ਨੇ ਤੇ ਪੰਚਾਇਤ ਨੇ ਕੁਝ ਮਤਲਬ ਪਿੰਡ ਦੇ ਪਤਵੰਤਿਆਂ ਨੇ ਬੈਠ ਕੇ ਸੋਚ ਸਮਝ ਕੇ ਹੀ ਫੈਸਲਾ ਲਿਆ ਜੇ ਮਤਾ ਪਾਇਆ ਸੀ ਉਸ ਤੋਂ ਬਾਅਦ ਸਰਕਾਰਾਂ ਕੋਲ ਗਿਆ ਉੱਥੋਂ ਪਾਸੋ ਗਿਆ ਮਤਾ ਫਿਰ ਇਹ ਇਹ ਮਤਾ ਡੀਸੀ ਸਾਹਿਬ ਕੋਲ ਰੇਟ ਅੰਦਰ ਦਾਰਤ ਹੋ ਗਿਆ ਡੀਸੀ ਸਾਹਿਬ ਨੇ ਇੱਕ ਕਮੇਟੀ ਬਣਾਈ ਸੀ 10 12 ਬੰਦਿਆਂ ਦੀ ਵਿੱਚ ਕੁਝ ਮਾਲ ਮੈਂਕਮੇਂ ਦੇ ਸੀ ਸਾਡੇ ਆਪਣੇ ਸੀ ਏਡੀਸੀ ਸਾਹਿਬ ਡੀਡੀਪੀਓ ਸਾਹਿਬ ਵੀਡੀਓ ਸਾਹਿਬ ਤੇ ਪੁੱਡਾ ਦੇ ਵੀ ਸੀਖ ਸੋ ਤੇ ਨੈਤ ਜ਼ਿਲਦਾਰ ਸੀ ਇਸ ਤਰ੍ਹਾਂ ਕਰਕੇ ਸਾਡੇ ਪੰਚਾਇਤ ਸੈਕਟਰੀ ਵੀਡੀਓ ਸਾਰੇ ਉਹ ਇਕੱਠੇ ਉਹਨਾਂ ਨੇ ਕਮੇਟੀ ਬਣਾਈ ਸੀ ਕਿ ਕਮੇਟੀ ਬਿਠਾ ਕੇ ਕੇਸ ਮਤਲਬ ਇਹਦਾ ਜਿਹੜਾ ਰੇਟ ਅੰਦਰ ਦਾਰਤ ਕਰਿਆ ਜਿਹੜੇ ਲੋਕ ਤੁਸੀਂ ਜਿਨ੍ਹਾਂ ਨੂੰ ਕਿਹਾ ਹੈ ਕਿ ਤੁਸੀਂ ਗੁੰਮਰਾਹ ਹੋਏ ਹੋਏ ਨੇ ਲੋਕ ਜਾਂ ਫਿਰ ਕੋਈ ਜਿਹੜੇ ਕੁਝ ਬੰਦਿਆਂ ਦਾ ਤੁਸੀਂ ਕਿਹਾ ਹੈ ਕਿ ਕੁਝ ਬੰਦੇ ਗੁੰਮਰਾਹ ਕਰ ਰਹੇ ਨੇ ਤਾਂ ਪੂਰੇ ਪਿੰਡ ਨਿਵਾਸੀ ਜਿਹੜਾ ਉਹਨਾਂ ਨਾਲ ਮਿਲੇ ਹੋਏ ਨੇ ਉਹਨਾਂ ਨੂੰ ਕੀ ਕਹੋਗੇ ਕਿ ਕਿਵੇਂ ਉਹ ਗੁੰਮਰਾਹ ਨਾ ਹੋਣ ਜਾਂ ਪਿੰਡ ਦਾ ਇਸ ਜਿਹੜਾ ਲੀਸ ਤੇ ਦੇਣ ਨਾਲ ਕੀ ਕੀ ਵਿਕਾਸ ਹੋ ਸਕਦਾ ਅਸੀਂ ਜਿਹੜੇ ਸਾਡੇ ਭਰਾ ਸਾਡੇ ਭਰਾਵਾਂ ਨੂੰ ਗੁੰਮਰਾਹ ਕਰ ਰਹੇ ਉਹਨਾਂ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਵੀ ਉਹ ਪਹਿਲਾਂ ਸਾਡੀ ਗੱਲ ਚੰਗੀ ਤਰ੍ਹਾਂ ਸਮਝੋ ਤੇ ਦੂਜੇ ਭਰਾਵਾਂ ਨੂੰ ਵੀ ਸਮਝਾਓ ਜਿਹੜੇ ਗਮਰਾਹ ਹੋਏ ਆਂ ਵੀ ਉਹਨਾਂ ਨੂੰ ਸਮਝਾਓ ਸਾਰਾ ਕੁਝ ਪਿੰਡ ਦੇ ਵਿਕਾਸ ਦਾ ਤੇ ਰੋਜ਼ਗਾਰ ਦਾ ਵੀ ਮੁੱਦਾ ਹੈ ਮੈਂ ਤਾਂ ਹੀ ਪੀਲ ਕਰਦਾ ਵਾ ਦੁਆਰੇ ਵੀ ਹੱਥ ਜੋੜ ਕੇ ਵੀ ਉਹ ਆਪਣੀ ਲੀਟੇ ਆਣ ਤੇ ਲੋਕਾਂ ਨੂੰ ਨਾ ਗਮਰਾ ਕਰਨ ਠੀਕ ਹੈ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਸਨ ਪਿੰਡ ਦੇ ਸਰਪੰਚ ਮੀਆਂ ਸਿੰਘ ਜੀ ਨੇ ਦੱਸਿਆ ਕਿ ਕੁਝ ਲੋਕ ਗੁੰਮਰਾਹ ਕਰ ਰਹੇ ਨੇ ਪਿੰਡ ਨਿਵਾਸੀਆਂ ਨੂੰ ਘਰ ਟਾਉਣ ਦੀਆਂ ਗੱਲਾਂ ਕਿਤੇ ਇਹਨੇ ਦੱਸ ਕਿ ਉਹ ਇਦਾਂ ਦਾ ਕੁਝ ਨਹੀਂ ਹੋਣਾ ਕਿ ਜਿਹੜੀ ਜ਼ਮੀਨ ਬੰਜਰ ਪਈ ਹੈ ਜਿਹੜੀ ਜ਼ਮੀਨ ਯੂਸ ਨਹੀਂ ਹੋ ਰਹੀ ਉਸ ਜ਼ਮੀਨ ਨੂੰ ਲੀਸ ਤੇ ਦਿੱਤਾ ਜਾ ਰਿਹਾ ਜਿਸ ਦੇ ਨਾਲ ਕਿ ਪਿੰਡ ਦਾ ਵਿਕਾਸ ਹੋਏਗਾ ਪਿੰਡ ਦੇ ਵਿੱਚ ਬੇਰੁਜ਼ਗਾਰ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਨੌਕਰੀਆਂ ਮਿਲਣਗੀਆਂ ਏ ਮੇਰਾ ਮੁੱਖ ਮਕਸਦ ਜਿਹੜਾ ਸਰਪੰਚੀ ਦੇ ਵਿੱਚ ਹੈ ਕਿ ਆਪਣੇ ਪਿੰਡ ਦਾ ਨਾਮ ਉੱਚਾ ਕਰਨਾ ਹੈ ਪਿੰਡ ਦਾ ਵਿਕਾਸ ਉੱਚਾ ਕਰਨਾ ਹੈ ਤਾਂ ਇਸ ਨੂੰ ਲੈ ਕੇ ਦੱਸਾਈ ਕੱਲ ਜਿਹੜੀ ਬੋਲੀ ਹੋਣ ਜਾ ਰਹੀ ਹੈ ਉਸ ਨੂੰ ਲੈ ਕੇ ਪ੍ਰਸ਼ਾਸਨ ਤੇ ਜ਼ਿੰਮੇਵਾਰੀ ਨੂੰ ਦੱਸੇ ਕਿ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੋएगी ਬੋਲੀ ਕਰਾਂਦੇ ਆ ਜਾਂ ਨਹੀਂ ਕਰਾਂਦੇ ਉਹਦੇ ਨਾਲ ਕੈਮਰਾਮੈਨ ਸੁਤੰਤਰ ਦੇ ਨਾਲ ਹਰਤੇਜ ਸਿੰਘ ਤੇਜੀ ਐਚ ਐਨ 1 ਨਿਊਜ਼ ਕੋਰੜੀ